ਵੈਲਕਮ ਅਗੇਨ ਸਟੂਡੈਂਟਸ ਸਮਾਜੀਕਰਨ ਦਾ मीनिंग ਇਸ ਦੀਆਂ ਵਿਸ਼ੇਸ਼ਤਾਵਾਂ ਡੈਫੀਨੇਸ਼ਨਸ ਅਸੀਂ ਕਰ ਚੁੱਕੇ ਹੁਣ ਸਾਡੇ ਕੋਲ ਟੌਪਿਕ ਆ ਟਾਈਪਸ ਆਫ ਸੋਸ਼ਲਾਈਜੇਸ਼ਨ ਸਮਾਜੀਕਰਨ ਦੀਆਂ ਕਿਸਮਾਂ ਸਮਾਜੀਕਰਨ ਤੋਂ ਭਾਵ ਤੁਸੀਂ ਜਾਣਦੇ ਹੋ ਸਾਰੇ ਕੀ ਹੁੰਦਾ ਹੈ ਸਮਾਜੀਕਰਨ ਲਾਈਫ ਲੌਂਗ ਪ੍ਰੋਸੈਸ ਆ ਬਾਲ ਅਵਸਥਾ ਤੋਂ ਸ਼ੁਰੂ ਹੁੰਦੀ ਹੈ ਬਚਪਨ ਤੋਂ ਸ਼ੁਰੂ ਹੁੰਦੀ ਹੈ ਸਾਰੀ ਉਮਰ ਚੱਲਦੀ ਰਹਿੰਦੀ ਹੈ ਬਚਲੀ ਅਵਸਥਾ ਬਾਲਗ ਅਵਸਥਾ ਤੱਕ ਵੀ ਜਾਰੀ ਰਹਿੰਦੀ ਹੈ ਬਾਲਪਨ ਦੇ ਵਿੱਚ ਵੀ ਹੁੰਦੀ ਹੈ ਸਮਾਜਿਕ ਕਰਨ ਲਾਈਫ ਲੌਂਗ ਪ੍ਰੋਸੈਸ ਇਸ ਆਧਾਰ ਤੇ ਜਿਹੜੀਆਂ ਸਮਾਜਿਕ ਕਰਨ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਕਿਹੜੀ ਕਿਹੜੀ ਸਟੇਜਿਸ ਦੇ ਉੱਤੇ ਜਿਹੜਾ ਸਮਾਜਿਕ ਕਰਨ ਹੁੰਦਾ ਹੈ ਅਸੀਂ ਇਹ ਦੇਖਦੇ ਹਾਂ ਨੰਬਰ 1 ਤੇ ਹੈਗਾ ਪ੍ਰਾਇਮਰੀ ਸਟੇਜ ਪ੍ਰਾਇਮਰੀ ਸਟੇਜ ਜਿਹੜੀ ਆ ਪ੍ਰਾਇਮਰੀ ਸਮਾਜਿਕਨ ਸ਼ਿਸ਼ੂ ਦੇ ਜੀਵਨ ਦੇ ਮੁੱਢਲੇ ਸਾਲਾਂ ਨੂੰ ਦਰਸਾਉਂਦਾ ਹੈ ਇਸ ਪ੍ਰਕਿਰਿਆ ਰਾਹੀਂ ਸ਼ਿਸ਼ੂ ਭਾਸ਼ਾ ਤੇ ਗਿਆਨਾਤਮਕ ਹੁਨਰ ਸਿੱਖਦਾ ਹੈ ਮਾਣਕਾਂ ਤੇ ਕਦਰਾਂ ਕੀਮਤਾਂ ਦਾ ਸਮਾਵੇਸ਼ਨ ਕਰਦਾ ਏ ਸਮੂਹ ਵਿੱਚਲੇ ਢੰਗ ਸਿੱਖਦਾ ਏ ਪ੍ਰਭਾਵਸ਼ਾਲੀ ਸਮਾਜਿਕ ਭਾਗੀਦਾਰੀ ਲਈ ਚੱਲਦਾ ਹੈ ਅਸੀਂ ਕਈ ਤਰ੍ਹਾਂ ਦੇ ਪਰਸਨਸ ਦੇਖਦੇ ਆਂ ਸੋਸਾਇਟੀ ਦੇ ਵਿੱਚ ਜਿਨ੍ਹਾਂ ਦਾ ਸਹੀ ਤੌਰ ਤੇ ਸੋਸ਼ੀਅਲਾਈਜੇਸ਼ਨ ਨਹੀਂ ਹੋਇਆ ਹੁੰਦਾ ਬਚਪਨ ਦੇ ਵਿੱਚ ਤਾਂ ਉਹ ਇੱਕ ਕਿਸਮ ਦੇ ਜਿੱਦੀ ਕਈ ਵਾਰੀ ਬੱਚੇ ਜਿੱਦੀ ਬਣ ਜਾਂਦੇ ਨੇ ਵੱਡੇ ਹੋ ਕੇ ਵੀ ਉਹ ਜਿੱਦੀ ਹੋ ਰਹਿੰਦੇ ਨੇ ਤਾਂ ਇਟ ਮੀਨਸ ਜੋ ਅਡਜਸਟਮੈਂਟ ਦੀ ਘਾਟ ਆ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਆ ਨਹੀਂ ਕਰ ਸਕਦੇ ਅਡਜਸਟਮੈਂਟ ਤੋਂ ਆਪਣੀ ਚਲੌਣ ਸ਼ੁਰੂ ਕਰਦੇ ਨੇ ਘਰ ਦੇ ਵਿੱਚ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਕਈ ਵਾਰੀ ਸਿਖਾਉਂਦੇ ਆ ਕਿ ਜਿਹੜੇ ਗਾਲਾਂ ਕੱਢਣੀਆਂ ਜਾਂ ਬੁਰਾ ਭਲਾ ਕਹਿਣਾ ਦੂਜਿਆਂ ਨੂੰ ਰਿਗਾਰਡ ਨਾ ਦੇਣਾ ਸਨਮਾਨ ਦਾ ਨਾ ਦੇਣਾ ਵੱਡਿਆਂ ਨੂੰ ਵੱਡਿਆਂ ਨੂੰ ਕਿਵੇਂ ਬੁਲਾਉਣਾ ਛੋਟਿਆਂ ਨੂੰ ਪਿਆਰ ਨਾਲ ਕਿਵੇਂ ਬੁਲਾਉਣਾ ਨਹੀਂ ਸਿੱਖਦੇ ਬੱਚੇ ਤਾਂ ਅਸੀਂ ਸਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕਈ ਵਾਰੀ ਕਰਦੇ ਤਾਂ ਇਹਦੇ ਨਾਲ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਮੈਂਬਰ ਪੈਦਾ ਹੁੰਦੇ ਨੇ ਜਿਨ੍ਹਾਂ ਕਰਕੇ ਬਹੁਤ ਸਾਰੇ ਲੜਾਈਆਂ ਝਗੜੇ ਜਾਂ ਬਹੁਤ ਸਾਰੇ ਐਂਟੀਸੋਸ਼ੀਅਲ ਵਰਕ ਨੇ ਜਿਹੜੇ ਉਹ ਹੁੰਦੇ ਨੇ ਜਿਹੜੀ ਪ੍ਰਾਇਮਰੀ ਸਟੇਜ ਆ ਇਹਦੇ ਤੇ ਸਮਾਜ ਦੇ ਮਾਣਕ ਸ਼ਿਸ਼ੂ ਦੇ ਵਿਅਕਤੀਤਵ ਦਾ ਹਿੱਸਾ ਬਣ ਜਾਂਦੇ ਨੇ ਮੀਨ ਉਹਨੇ ਉਹ ਕੰਮ ਕਰਨੇ ਹੀ ਕਰਨੇ ਨੇ ਜੋ ਸਮਾਜ ਚਾਹੁੰਦਾ ਏ ਬੱਚੇ ਅੰਦਰ ਠੀਕ ਗਲਤ ਦੀ ਸਮਝ ਨਹੀਂ ਹੁੰਦੀ ਉਹ ਸਿੱਧੇ ਹੀ ਸਿੱਧੇ ਅਸਿੱਧੇ ਅਵਲੋਕਣ ਤੇ ਤਜਰਬਿਆਂ ਰਾਹੀਂ ਸਹੀ ਗਲਤ ਚੀਜ਼ਾਂ ਸੰਬੰਧੀ ਮਾਣਕ ਹੌਲੀ-ਹੌਲੀ ਸਿੱਖ ਲੈਂਦਾ ਏ ਤਾਂ ਬੱਚੇ ਨੂੰ ਨਹੀਂ ਪਤਾ ਕਿ ਕੀ ਗਲਤ ਆ ਕੀ ਠੀਕ ਆ ਨਾ ਬਚਪਨ ਦੇ ਵਿੱਚ ਹੀ ਜਿਹੜਾ ਸਮਾਜਿਕ ਕਰਨਾ ਪਰਿਵਾਰ ਦੇ ਵਿੱਚ ਹੁੰਦਾ ਹੈ ਤਾਂ ਪਰਿਵਾਰ ਇੱਕ ਅਜਿਹੀ ਸੰਸਥਾ ਹੈ ਜਿਹੜੀ ਇੱਕ ਜ਼ਿੰਮੇਵਾਰ ਨਾਗਰਿਕ ਦੀ ਨੀਂ ਰੱਖਦੀ ਆ ਕਿਉਂਕਿ ਬੱਚੇ ਵੱਡੇ ਹੋ ਕੇ ਸਕੂਲ 'ਚ ਸੋਸਾਇਟੀ 'ਚ ਸਾਰੇ ਕਿਤੇ ਵਿਚਰਦੇ ਨੇ ਤਾਂ ਜੋ ਆਦਤਾਂ ਜੋ ਸਮਾਜਿਕ ਕਰਨ ਉਹਨਾਂ ਦਾ ਘਰ 'ਚ ਹੋਇਆ ਹੁੰਦਾ ਉਹ ਅੱਗੇ ਜਾ ਕੇ ਵੀ ਉਹਨਾਂ ਨੂੰ ਜੇ ਵਧੀਆ ਢੰਗ ਨਾਲ ਅਸੀਂ ਸਿਖਾਇਆ ਪਿਆ ਤਾਂ ਵਧੀਆ ਪਰਸਨ ਬਣਦੇ ਨੇ ਉਹ ਮਹਾਨ ਵਿਅਕਤੀ ਬਣਦੇ ਨੇ ਜਾਂ ਫਿਰ ਅਸੀਂ ਕਹ ਲਈਏ ਕਿ ਐਂਟੀ-ਸੋਸ਼ੀਅਲ ਪਰਸਨਜ਼ ਤੱਕ ਬਣ ਜਾਂਦੇ ਨੇ ਜੇ ਸਾਡਾ ਜਿਹੜਾ ਸਮਾਜਿਕ ਕਰਨ ਦੀ ਪ੍ਰੋਸੈਸ ਉਹ ਸਹੀ ਨਹੀਂ ਚੱਲੀ ਵੀ ਹੁੰਦੀ ਅੱਗੇ ਸਾਡੇ ਕੋਲ ਹੈਗਾ ਸੈਕੰਡਰੀ ਸੋਸ਼ੀਅਲਾਈਜੇਸ਼ਨ ਬੱਚਾ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਪ੍ਰਾਇਮਰੀ ਸਮਾਜਿਕ ਕਰਨ ਦੀ ਪ੍ਰਕਿਰਿਆ ਵੱਲ ਨੂੰ ਵਧਦਾ ਏ ਇਸ ਤੋਂ ਬਾਅਦ ਪਰਿਵਾਰ ਤੋਂ ਬਾਹਰ ਜਿਹੜਾ ਬੱਚਾ ਉਹ ਆਪਣੇ ਪੀਅਰ ਗਰੁੱਪ ਦੇ ਵਿੱਚ ਸਬੰਧ ਕਾਇਮ ਕਰਦਾ ਏ ਜਾਂ ਆਪਣੇ ਸੰਗੀ ਸਾਥੀਆਂ ਨਾਲ ਮਿਲਣਾ ਜੁਲਣਾ ਸ਼ੁਰੂ ਕਰਦਾ ਏ ਖੇਡਣਾ ਸ਼ੁਰੂ ਕਰਦਾ ਏ ਤਾਂ ਵੱਧ ਰਿਹਾ ਬੱਚਾ ਜਿਹੜਾ ਉਹ ਆਪਣੇ ਸਾਥੀਆਂ ਕੋਲੋਂ ਮਹੱਤਵਪੂਰਨ ਸਮਾਜਿਕ ਵਿਵਹਾਰ ਸਿੱਖਦਾ ਏ ਉਹਨਾਂ ਦੇ ਘਰਾਂ ਦੇ ਵਿੱਚ ਜਿਵੇਂ ਸਿੱਖਿਆ ਹੋਇਆ ਹੁੰਦਾ ਉਹਨਾਂ ਨੇ ਬੱਚੇ ਵੜਾ ਅਡਾਪਟ ਕਰਦੇ ਨੇ ਇੱਕ ਦੂਜੇ ਤੋਂ ਦੇਖ-ਦੇਖ ਕੇ ਤਾਂ ਅਲੱਗ-ਅਲੱਗ ਜਿਹੜੇ ਪਰਿਵਾਰਾਂ ਦੇ ਬੱਚੇ ਹੁੰਦੇ ਨੇ ਅਲੱਗ-ਅਲੱਗ ਪਰਿਵਾਰਾਂ ਦੇ ਵਿੱਚ ਜਦੋਂ ਇਕੱਠੇ ਮਿਲਦੇ ਨੇ ਤਾਂ ਉਹ ਨਵੀਂ ਤਰ੍ਹਾਂ ਨਾਲ ਜਿਹੜਾ ਸਮਾਜਿਕ ਵਿਵਹਾਰ ਕਰਨਾ ਇੱਕ ਦੂਜੇ ਤੋਂ ਸਿੱਖ ਜਾਂਦੇ ਨੇ ਉਹ ਸਕੂਲ ਵਿੱਚ ਵੀ ਅਜਿਹਾ ਗਿਆਨ ਸਿੱਖਦਾ ਹੈ ਕਿਉਂਕਿ ਸਕੂਲ 'ਚ ਵੀ ਗਰੁੱਪ ਦੇ ਵਿੱਚ ਬੱਚੇ ਹੁੰਦੇ ਨੇ ਤਰ੍ਹਾਂ-ਤਰ੍ਹਾਂ ਦੇ ਬੱਚੇ ਹੁੰਦੇ ਨੇ ਤਾਂ ਉੱਥੇ ਵੀ ਜਿਹੜਾ ਬੱਚਾ ਹੈ ਉਹ ਅਜਿਹਾ ਗਿਆਨ ਸਿੱਖਦਾ ਹੈ ਜਾਂ ਸਮਾਜਿਕਕਰਨ ਹੁੰਦਾ ਹੈ ਉਹਦਾ ਇਸ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕਕਰਨ ਦੀ ਪ੍ਰਕਿਰਿਆ ਜਿਹੜੀ ਪਰਿਵਾਰ ਦੇ ਵਾਤਾਵਰਣ ਤੋਂ ਬਾਹਰ ਵੀ ਚੱਲਦੀ ਰਹਿੰਦੀ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਰਿਵਾਰਕ ਵਾਤਾਵਰਣ ਹੀ ਇਕੱਲਾ ਇਫੈਕਟ ਕਰਦਾ ਏ ਉਸ ਦੇ ਅ ਬੱਚੇ ਦੇ ਵਿਵਹਾਰ ਦੇ ਉੱਤੇ ਇਸ ਤੋਂ ਬਾਅਦ ਬਹੁਤ ਸਾਰੇ ਫੈਕਟਰ ਨੇ ਜਿਹੜੇ ਉਸ ਨੂੰ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦਾ ਤੇ ਜਿਨ੍ਹਾਂ ਦੇ ਸੰਪਰਕ ਚ ਆ ਕੇ ਬੱਚਾ ਵਿਵਹਾਰ ਸਿੱਖਦਾ ਹੈ ਸੈਕੰਡਰੀ ਸਮਾਜਿਕਕਰਨ ਇਸ ਪ੍ਰਕਾਰ ਬੱਚੇ ਦੁਆਰਾ ਸੰਸਥਾ ਜਾਂ ਰਸਮੀ ਸਥਾਨ ਤੇ ਪ੍ਰਾਪਤ ਸਮਾਜਿਕ ਸਖਲਾਈ ਹੈ ਜੋ ਸਾਰੀ ਉਮਰ ਚੱਲਦੀ ਰਹਿੰਦੀ ਹੈ ਤਾਂ ਇਹ ਸੀਗੀ ਸੈਕੰਡਰੀ ਸਮਾਜਿਕਕਰਨ ਜਦੋਂ ਬੱਚਾ ਆਪਣੇ ਸੰਗੀ ਸਾਥੀਆਂ ਨਾਲ ਮਿਲਦਾ ਹੈ ਸਕੂਲ ਦੇ ਵਿੱਚ ਐਂਟਰ ਕਰਦਾ ਹੈ ਉਦੋਂ ਬਾਅਦ ਹੈ ਗਿਆ ਬਾਲਗ ਸਮਾਜਿਕਕਰਨ ਬਾਲਗ ਸਮਾਜਿਕਕਰਨ ਦੇ ਅੰਦਰ ਬਾਲਗ ਉਸ ਭੂਮਿਕਾ ਅੰਦਰ ਸ਼ਾਮਿਲ ਹੁੰਦਾ ਜਿਸ ਲਈ ਸ਼ਾਇਦ ਉਹ ਪ੍ਰਾਇਮਰੀ ਸੈਕੰਡਰੀ ਸਮਾਜਿਕਕਰਨ ਰਾਹੀਂ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦਾ ਮੀਨ ਜਿੱਥੇ ਉਹਦਾ ਪ੍ਰਾਇਮਰੀ ਸੈਕੰਡਰੀ ਜਿਹੜਾ ਸੋਸ਼ੀਅਲਾਈਜੇਸ਼ਨ ਆ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਸ ਨੂੰ ਬਾਲਗ ਪੜਨ ਦੇ ਵਿੱਚ ਐਕਸਪੀਰੀਅੰਸ ਰਾਹੀਂ ਜਿਹੜਾ ਇਹ ਬੱਚਾ ਬਹੁਤ ਸਿੱਖਦਾ ਹੈ ਵੱਡਾ ਹੋ ਕੇ ਬੱਚਾ ਤਜਰਬੇ ਲੈਂਦਾ ਏ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਮਾੜੇ ਜਾਂ ਚੰਗੇ ਉਹਦੇ ਨਾਲ ਐਕਸਪੀਰੀਅੰਸ ਹੁੰਦੇ ਨੇ ਤਾਂ ਉਹਨਾਂ ਤੋਂ ਬੱਚਾ ਜਿਹੜਾ ਆਪਣਾ ਸਮਾਜਿਕ ਕਰਨ ਕਰਦਾ ਏ ਬਾਲਗ ਸਮਾਜਿਕ ਕਰਨ ਰਾਹੀਂ ਵਿਅਕਤੀ ਨਵੀਆਂ ਜ਼ਿੰਮੇਵਾਰੀਆਂ ਲੈਣੀਆਂ ਸਿੱਖਦਾ ਏ ਇਸ ਸਮਾਜਿਕ ਕਰਨ ਦਾ ਨਿਸ਼ਾਨਾ ਵਿਅਕਤੀ ਦੇ ਵਿਚਾਰਾਂ ਅੰਦਰ ਪਰਿਵਰਤਨ ਲੈ ਕੇ ਆਉਣਾ ਹੈ ਬਾਲਗ ਸਮਾਜਿਕ ਕਰਨ ਜ਼ਿਆਦਾਤਰ ਬਾਹਰੀ ਵਿਵਹਾਰ ਨੂੰ ਤਬਦੀਲ ਕਰਦਾ ਹੈ ਬਾਦੀ ਵਿਵਹਾਰ ਮੀਨ ਜੇ ਅਸੀਂ ਸਮਾਜ ਦੇ ਵਿੱਚ ਜੋ ਵਿਵਹਾਰ ਕਰਦੇ ਹਾਂ ਸਪੋਜ ਕਰੋ ਕਿਸੇ ਬੱਚੇ ਨੂੰ ਨੌਕਰੀ ਮਿਲਦੀ ਆ ਕੋਈ ਇਹ ਕਹਿ ਲਓ ਕਿ ਸਕੂਲਿੰਗ ਜਾਂ ਤੁਸੀਂ ਇਹ ਕਹਿ ਲਓ ਕਿ ਸਟੱਡੀ ਖਤਮ ਹੋਣ ਤੋਂ ਬਾਅਦ ਜਦੋਂ ਕਿਸੇ ਬਾਲਗ ਹੋ ਜਾਂਦਾ ਹੈ ਬੱਚਾ 18 ਸਾਲ ਤੋਂ ਪਰ ਉਸ ਨੂੰ ਕੋਈ ਨੌਕਰੀ ਮਿਲਦੀ ਆ ਤਾਂ ਉੱਥੇ ਦਾ ਵਿਵਹਾਰ ਚੇਂਜ ਹੋਇਆ ਹੋਇਆ ਹੁੰਦਾ ਹੈ ਤਾਂ ਜਿਹੜਾ ਬਾਲਗ ਸਮਾਜੀਕਰਨ ਆ ਉਹਦੇ ਵਿੱਚ ਇਹ ਵੀ ਆਉਂਦਾ ਹੈ ਕਿ ਜਦੋਂ ਅਸੀਂ ਆਪਣੀ ਕੰਮ ਦੀ ਜਗ੍ਹਾ ਤੇ ਜਾਂਦੇ ਹਾਂ ਉੱਥੇ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ ਘਰ ਤੋਂ ਬਾਹਰ ਆਪਣੇ ਪੀਅਰ ਗਰੁੱਪ ਤੋਂ ਬਾਹਰ ਨਿਕਲਦੇ ਹਾਂ ਆਪਣੀ ਸੁਸਾਇਟੀ ਜਿਹੜਾ ਘੇਰਾ ਛੋਟਾ ਜਾਂ ਹੁੰਦਾ ਸਾਡਾ ਉਸ ਤੋਂ ਬਾਹਰ ਨਿਕਲਦੇ ਹਾਂ ਤਾਂ ਸਾਡਾ ਅਡਲਟ ਸੋਸ਼ੀਅਲਾਈਜੇਸ਼ਨ ਹੁੰਦਾ ਹੈ ਕਿਉਂਕਿ ਅਸੀਂ ਤਰ੍ਹਾਂ ਤਰ੍ਹਾਂ ਦੇ ਮੈਂਬਰਾਂ ਨਾਲ ਮਿਲਦੇ ਹਾਂ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਜਿਹੜੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਜਿਹੜਾ ਵਿਵਹਾਰ ਆ ਉਹ ਕਿਸ ਤਰ੍ਹਾਂ ਦਾ ਹੈ ਤਾਂ ਅੰਦਰ ਨਾਲ ਵੀ ਸਾਡੀਆਂ ਜਿਹੜੀਆਂ ਮੁੱਲੀਆਂ ਤੇ ਮੂਲ ਕਦਰਾਂ ਕੀਮਤਾਂ ਨੇ ਉਹਨਾਂ ਵਿੱਚ ਸੁਧਾਰ ਹੁੰਦਾ ਹੈ ਸੁਧਾਰ ਵੀ ਹੋ ਸਕਦਾ ਹੈ ਨਿਗਾਰ ਵੀ ਹੋ ਸਕਦਾ ਹੈ ਇਹ ਦੋਨੇ ਚੀਜ਼ਾਂ ਹੋ ਸਕਦੀਆਂ ਨੇ ਫਿਰ ਅੱਗੇ ਹੈਗਾ ਪੂਰਵ ਅਨੁਮਾਨ ਸਮਾਜੀਕਰਨ ਐਂਟੀਸੈਪਟਰੀ ਸੋਸ਼ੀਅਲਾਈਜੇਸ਼ਨ ਇਹ ਕੀ ਹੁੰਦਾ ਹੈ ਪੂਰਵ ਅਨੁਮਾਨ ਸਮਾਜੀਕਰਨ ਤੋਂ ਭਾਵ ਉਸ ਪ੍ਰਕਿਰਿਆ ਤੋਂ ਹੈ ਜਿਸ ਰਾਹੀਂ ਵਿਅਕਤੀ ਉਸ ਸਮੂਹ ਦਾ ਸੱਭਿਆਚਾਰ ਸਿੱਖਦਾ ਹੈ ਇਸ ਵਿੱਚ ਉਹ ਸ਼ਾਮਲ ਹੁੰਦਾ ਹੈ ਸਮੂਹ ਦੇ ਉਪਯਕ ਵਿਸ਼ਵਾਸ ਕਦਰਾਂ ਕੀਮਤਾਂ ਮਾਣਕਾਂ ਨੂੰ ਸਿੱਖ ਲੈਣ ਨਾਲ ਵਿਅਕਤੀ ਆਪਣੀ ਨਵੀਂ ਭੂਮਿਕਾ ਨਿਭਾਉਣ ਦੇ ਯੋਗ ਹੋ ਜਾਂਦਾ ਹੈ ਇਟ ਮੀਨਸ ਇਸ ਤਰ੍ਹਾਂ ਦੇ ਸੱਭਿਆਚਾਰ ਨੂੰ ਸਿੱਖਦਾ ਹੈ ਕਿ ਉਸ ਤੋਂ ਬਾਅਦ ਜਿਹੜੀ ਉਸ ਦੀ ਲਾਈਫ ਦੇ ਵਿੱਚ ਉਸ ਦੇ ਬਿਹੇਵੀਅਰ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਇੱਥੇ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਦੋਂ ਬੱਚਾ ਜਿਹੜਾ ਉਹ ਅ ਤੂੰ ਰਿਲੀਜੀਅਸ ਕਿਸੇ ਪਰਸਨ ਨੂੰ ਮਿਲਦਾ ਏ ਜਾਂ ਰਿਲੀਜੀਅਸ ਕਲਚਰ ਦੇ ਵਿੱਚ ਐਂਟਰ ਹੁੰਦਾ ਏ ਜਿੱਥੇ ਉਸ ਨੂੰ ਰੀਤੀ ਰਿਵਾਜ ਜਿਹੜੇ ਕਸਟਮਸ ਨੇ ਉਹਨਾਂ ਨਾਲ ਸਾਹਮਣਾ ਹੁੰਦਾ ਏ ਜਦੋਂ ਦਾ ਤਾਂ ਉਹਦੀ ਸੋਚ ਆ ਜਿਹੜੀ ਉਸ ਤਰ੍ਹਾਂ ਦੀ ਹੋ ਜਾਂਦੀ ਆ ਤਾਂ ਬੱਚਾ ਵੀ ਜਿਹੜਾ ਇਹ ਜਾਂ ਬਾਲਗ ਜਿਹੜਾ ਵੀ ਆ ਤਾਂ ਉਸ ਦਾ ਸੋਸ਼ੀਅਲਾਈਜੇਸ਼ਨ ਇਸ ਤਰ੍ਹਾਂ ਹੁੰਦਾ ਕਿ ਅਸੀਂ ਕਹਿ ਸਕਦੇ ਕਈ ਵਾਰੀ ਦੇਖੋ ਇਹਦੀ ਚ ਇੱਕ ਐਗਜ਼ਾਮਪਲ ਇਹ ਵੀ ਹੋ ਸਕਦੀ ਆ ਕਿ ਜਦੋਂ ਕਿ ਕੋਈ ਆਪਣਾ ਜਿਹੜਾ ਇਹ ਕਿਸੇ ਮੰਦਰ ਗੁਰਦੁਆਰਾ ਜਾਣਾ ਸ਼ੁਰੂ ਕਰ ਦਿੰਦਾ ਹੈ ਇਸ ਤਰ੍ਹਾਂ ਦੀ ਵਿਵਸਥਾ ਦੇ ਵਿੱਚ ਜਾਂ ਕੋਈ ਉਸ ਨੂੰ ਇਸ ਤਰ੍ਹਾਂ ਦਾ ਐਕਸਪੀਰੀਅੰਸ ਮਿਲਦਾ ਹੈ ਕਿ ਉਹ ਇੱਕ ਆਪਣਾ ਦ੍ਰਿੜ ਇਰਾਦਾ ਕੋਈ ਬਣਾ ਲੈਂਦਾ ਹੈ ਤਾਂ ਉਹਦੇ ਵਿੱਚ ਉਸ ਨੂੰ ਉਹਦੇ ਸੱਭਿਆਚਾਰ ਦੇ ਵਿੱਚ ਚੇਂਜ ਆਉਂਦੀ ਹੈ ਤਾਂ ਉਸ ਨੂੰ ਐਂਟੀਸੈਪਟਰੀ ਸੋਸ਼ੀਅਲਾਈਜੇਸ਼ਨ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਹੈਗਾ ਸਾਡੇ ਕੋਲ ਪੂਰਵ ਸਮਾਜਿਕਕਰਨ ਰੀ ਸੋਸ਼ੀਅਲਾਈਜੇਸ਼ਨ ਪੁਨਰ ਸਮਾਜਿਕਕਰਨ ਪੁਨਰ ਸਮਾਜਿਕਕਰਨ ਮੀਨ ਜ ਦਿਵਾਰ ਤੋਂ ਸਮਾਜਿਕ ਕਰਨ ਦੀ ਪ੍ਰਕਿਰਿਆ ਪੁਨਰ ਸਮਾਜਿਕਕਰਨ ਜਹੀ ਪ੍ਰਕਿਰਿਆ ਹੈ ਜਿਸ ਅੰਦਰ ਕੋਈ ਵਿਅਕਤੀ ਜੀਵਨ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਜੋਂ ਪੁਰਾਣੇ ਵਿਵਹਾਰ ਨੂੰ ਤਿਆਗਦਾ ਹੈ ਤੇ ਨਵੇਂ ਮੁੱਲ ਵਿਵਹਾਰ ਅਪਣਾਉਂਦਾ ਹੈ ਇਹੋ ਜਿਹਾ ਸਮਾਜਿਕਕਰਨ ਸਮਾਜ ਦੀ ਭੂਮਿਕਾ ਵਿੱਚ ਮੌਲਿਕ ਰੂਪ ਨਾਲ ਤਬਦੀਲੀ ਆਉਣ ਦਾ ਕਾਰਨ ਹੁੰਦਾ ਹੈ ਇਸ ਵਿੱਚ ਜੀਵਨ ਦੀ ਢੰਗ ਦਾ ਦੂਸਰੇ ਢੰਗ ਲਈ ਪੂਰਨ ਤਿਆਗ ਹੁੰਦਾ ਹੈ ਇਹ ਪਹਿਲਾਂ ਨਾਲੋਂ ਸਿਰਫ ਵੱਖਰਾ ਹੀ ਨਹੀਂ ਹੁੰਦਾ ਸਗੋਂ ਆਪਸ ਵਿੱਚ ਵਿਰੋਧੀ ਵੀ ਹੁੰਦਾ ਹੈ ਇਸ ਪੁਆਇੰਟ ਦਾ ਮਤਲਬ ਇਹ ਆ ਕਿ ਜਦੋਂ ਸਾਡੇ ਪ੍ਰਾਣੇ ਜਿਹੜੀ ਸਾਡੀ ਵਿਚਾਰਧਾਰਾ ਬਣੀ ਵੀ ਹੈ ਕਹਿ ਲਓ ਤੁਸੀਂ ਸਾਡਾ ਸਮਾਜਿਕ ਕਰਨ ਹੋਇਆ ਹੋਵੇ ਸਾਡੇ ਵਿਚਾਰ ਬਣੇ ਹੋਏ ਨੇ ਉਹ ਸਾਨੂੰ ਜਦੋਂ ਕਿਸੇ ਨਵੇਂ ਕਲਚਰ ਦੇ ਵਿੱਚ ਜਾਂ ਨਵੇਂ ਸੋਸ਼ਲ ਦੇ ਸੁਸਾਇਟੀ ਦੇ ਵਿੱਚ ਚੇਂਜ ਕਰਨੇ ਪੈਣ ਸਾਨੂੰ ਆਪਣੀ ਸੋਚ ਬਦਲਣੀ ਪਵੇ ਸਾਨੂੰ ਆਪਣਾ ਵਿਵਹਾਰ ਬਦਲਣਾ ਪਵੇ ਉਸ ਨੂੰ ਪੁਨਰ ਸਮਾਜਿਕ ਕਰਨ ਕਹਿੰਦੇ ਨੇ ਬਹੁਤ ਸਾਰੇ ਐਕਸਪੀਰੀਅੰਸ ਸਾਨੂੰ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਸਾਨੂੰ ਆਪਣਾ ਜਿਹੜਾ ਵਿਵਹਾਰ ਹੈ ਉਸ ਦੇ ਵਿੱਚ ਬਦਲਾਅ ਲੈ ਕੇ ਆਉਣਾ ਪੈਂਦਾ ਹੈ ਅਸੀਂ ਇੱਥੇ ਐਗਜ਼ਾਮਪਲ ਲੈ ਲੈਨੇ ਇੱਕ ਜਿਵੇਂ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਇੱਕ ਤਾਂ ਬਹੁਤ ਪੁਰਾਣੀ ਪੀੜ੍ਹੀ ਹੈ ਜਿਵੇਂ ਸਾਡੇ ਦਾਦੇ ਪੜਦਾਦੇ ਤਾਂ ਇੱਕ ਸਾਡੇ ਮਦਰ ਫਾਦਰ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਨਾਲ ਰਲ ਕੇ ਸੋਸ਼ਲ ਚੇਂਜ ਦੇ ਨਾਲ ਚੇਂਜ ਹੋਣਾ ਪੈਂਦਾ ਹੈ ਕਿਉਂਕਿ ਸਮਾਜ ਹੈ ਜਿਹੜਾ ਨਿਤ ਤਬਦੀਲ ਹੁੰਦਾ ਰਹਿੰਦਾ ਹੈ ਮਾਡਰਨਾਈਜੇਸ਼ਨ ਆਧੁਨਿਕੀਕਰਨ ਟੈਕਨੋਲੋਜੀ ਦਾ ਜਮਾਨਾ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਮਨੁੱਖ ਨੂੰ ਚੇਂਜ ਕਰਦੀਆਂ ਨੇ ਤਾਂ ਉਸ ਦਾ ਰੀਸੋਸ਼ੀਅਲਾਈਜੇਸ਼ਨ ਹੁੰਦਾ ਹੈ ਮੀਨ ਉਹ ਆਪਣੀਆਂ ਆਦਤਾਂ ਨੂੰ ਆਪਣੇ ਜਿਹੜੇ ਮੁੱਲ ਨੇ ਵਿਵਹਾਰ ਆ ਜਿਹੜਾ ਆਪਣਾ ਉਸ ਨੂੰ ਚੇਂਜ ਕਰਦਾ ਹੈ ਤਾਂ ਇਸ ਤਰ੍ਹਾਂ ਦੀ ਚੇਂਜ ਜਿਹੜੀ ਆ ਉਹ ਪਹਿਲੀ ਚੀਜ਼ ਦੇ ਉਲਟ ਹੁੰਦੀ ਆ ਮੀਨ ਆ ਪੁਰਾਣਾ ਛੱਡ ਕੇ ਨਵਾਂ ਪੜਾਉਂਦਾ ਹੈ ਇਦੇ ਵਿੱਚ ਉਦਾਹਰਨ ਦਿੱਤੀ ਹੋਈ ਹੈ ਅਪਰਾਧੀ ਦਾ ਪੁਨਰਵਾਸ ਰੀਹੈਬਿਲੀਟੇਸ਼ਨ ਆਫ ਕ੍ਰਿਮੀਨਲ ਤਾਂ ਅਪਰਾਧੀ ਆ ਜਿਹੜਾ ਉਹ ਜਮਾਂਦਰੂ ਅਪਰਾਧੀ ਨਹੀਂ ਹੁੰਦਾ ਕਿਉਂਕਿ ਉਸ ਨੂੰ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਨੇ ਜਾਂ ਉਸਾ ਸਮਾਜਿਕ ਕਰਨੀ ਇਸ ਤਰ੍ਹਾਂ ਹੋਇਆ ਹੁੰਦਾ ਕਿ ਉਹ ਅਪਰਾਧੀ ਬਣ ਲਈ ਮਜਬੂਰ ਹੋ ਜਾਂਦਾ ਜਾਂ ਸੁਤੇ ਸਿੱਧਾ ਅਪਰਾਧੀ ਬਣ ਜਾਂਦਾ ਏ ਤਾਂ ਇਸ ਤਰ੍ਹਾਂ ਨਾਲ ਜਦੋਂ ਅਸੀਂ ਉਸ ਉਹ ਆਪਣੀਆਂ ਆਦਤਾਂ ਛੱਡ ਕੇ ਸਹੀ ਢੰਗ ਨਾਲ ਜਿਉਣਾ ਸ਼ੁਰੂ ਕਰ ਦਿੰਦਾ ਏ ਤਾਂ ਉਸ ਨੂੰ ਅਸੀਂ ਉਸ ਦਾ ਰੀ ਸੋਸ਼ੀਅਲਾਈਜੇਸ਼ਨ ਬੋਲਾਂਗੇ ਤਾਂ ਅੱਜ ਦੀ ਵੀਡੀਓ ਜਿਹੜੀ ਸਾਡੀ ਟਾਈਪਸ ਦੀ ਸੀਗੀ ਅੱਗੇ ਫਿਰ ਸੈਲਫ ਨਾਲ ਰਿਲੇਟਿਡ ਵੀਡੀਓਜ਼ ਕਰਾਂਗੇ ਤਾਂ ਸਾਡਾ ਇਹ ਪੇਪਰ ਹੈ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਪੋਰਸ਼ਨ ਸੋਸ਼ੀਅਲਾਈਜੇਸ਼ਨ ਦਾ ਹੈ ਜਿਹਦੇ ਵਿੱਚ ਅਸੀਂ ਦੋ ਤਿੰਨ ਕੁਐਸਚਨ ਕੀਤੇ ਨੇ ਤਾਂ ਉਸ ਤੋਂ ਬਾਅਦ ਹੁਣ ਅਸੀਂ ਬੱਚੇ ਦੇ ਸੁਭਾਅ ਬਾਰੇ ਗੱਲਾਂ ਕਰਾਂਗੇ ਤਾਂ ਅੱਜ ਦੀ ਵੀਡੀਓ ਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟੌਪਿਕ ਨਾਲ ઓਕੇ ਥੈਂਕਸ